ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਅਤੇ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਅੱਜ ਦੋ ਵੱਡੀਆਂ ਕਨਵੈਨਸ਼ਨਾਂ ਸ਼ੰਭੂ ਅਤੇ ਖਨੌਰੀ ਦੇ ਵਿੱਚ ਹੋਣ ਵਾਲੀਆਂ ਨੇ ਉਹਦੇ ਵਿੱਚ ਬੁੱਧੀਜੀਵੀ ਸੱਦ ਕੇ ਡਬਲਯੂ ਟੀ ਓ ਵਿਸ਼ਵ ਵਪਾਰ ਸੰਸਥਾ ਕਿਵੇਂ ਖੇਤੀ ਸੈਕਟਰ ਨੂੰ ਪ੍ਰਭਾਵਿਤ ਕਰੂਗੀ ਵੱਡੀ ਚਰਚਾ ਕਰਾਂਗੇ ਇਸ ਚਰਚਾ ਵਿੱਚ ਅੱਜ ਅਸੀਂ ਸੱਦਾ ਦਿੰਦੇ ਹਾਂ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਇਸ ਚਰਚਾ ਵਿੱਚ ਹਿੱਸਾ ਲੈ ਕੇ ਇਸ ਜਾਣਿਆ ਜਾਵੇ ਵੀ ਇਹ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਸਾਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਨਗੀਆਂ ਅਤੇ 26 ਨੂੰ ਸਵੇਰੇ ਸਾਰੇ ਦੇਸ਼ ਦੇ ਪੰਜਾਬ ਦੇ ਪਿੰਡਾਂ ਵਿੱਚ ਡਬਲਯੂ ਟੀ ਓ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਸਾੜਾਂਗੇ ਅਤੇ ਦੁਪਹਿਰ ਬਾਅਦ ਜਿਹੜੇ ਦਿਓ ਕੱਦ ਪੁਤਲੇ ਬਣਾਉਣੇ ਆ ਉਹਨਾਂ ਦਾ ਸ਼ੰਭੂ ਅਤੇ ਖਨੌਰੀ ਵਿੱਚ ਜਿਹੜਾ ਵਾ ਉਹਨਾਂ ਨੂੰ ਸਾੜਿਆ ਜਾਊਗਾ ਇਸ ਤਰ੍ਹਾਂ 27 ਨੂੰ ਮੀਟਿੰਗਾਂ ਹੋਣਗੀਆਂ 28 ਨੂੰ ਵੀ ਮੀਟਿੰਗਾਂ ਕਰਾਂਗੇ ਅਤੇ 29 ਨੂੰ ਅਗਲਾ ਐਲਾਨ ਕਰਾਂਗੇ ਅਸੀਂ ਪੰਜਾਬ ਹਰਿਆਣਾ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਗਿਆ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਹਾਜ਼ਰੀਆਂ ਲਗਾਓ ਕੋਈ ਵੀ ਅੰਦੋਲਨ ਮਤਾਵਾਂ ਭੈਣਾਂ ਤੋਂ ਬਗੈਰ ਜਿੱਤਿਆ ਨਹੀਂ ਜਾਂਦਾ ਹੁੰਦਾ ਤੋ ਮਤਾਵਾਂ ਭੈਣਾਂ ਨੂੰ ਬੇਨਤੀ ਆ ਵੀ ਇਹਨਾਂ ਦੋਵਾਂ ਬਾਰਡਰਾਂ 'ਤੇ ਕੱਲ੍ਹ ਵੀ ਬੀਬੀਆਂ ਵੱਡੇ ਪੱਧਰ 'ਤੇ ਪਹੁੰਚੀਆਂ ਤੋ ਵੱਡੇ ਪੱਧਰ 'ਤੇ ਮਤਾਵਾਂ ਭੈਣਾਂ ਆਪਦੀ ਸੁਵਿਧਾ ਅਨੁਸਾਰ ਆ ਜਾਇਆ ਕਰ ਨੇੜੇ ਵਾਲੀਆਂ ਵਾਪਸ ਹੋ ਜਾਇਆ ਕਰ ਵੱਧ ਤੋਂ ਵੱਧ ਮਤਾਵਾਂ ਭੈਣਾਂ ਦੀ ਹਾਜ਼ਰੀ ਲੱਗਣੀ ਚਾਹੀਦੀ ਆ ਜਿਸ ਤਰੀਕੇ ਨਾਲ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੇ ਇੱਥੇ ਲੰਗਰ ਚਲਾਏ ਨੇ ਜਥੇਬੰਦੀਆਂ ਨੇ ਚਲਾਏ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਰੇ ਫੈਸਲਾ ਕਰਾਂਗੇ ਇਹ ਮੋਰਚਾ ਮੰਗਾਂ ਮੰਨਣ ਤੋਂ ਬਗੈਰ ਭਾਵੇਂ ਕਿੰਨਾ ਵੀ ਸੰਘਰਸ਼ ਕਰਨਾ ਪਵੇ ਖਤਮ ਨਹੀਂ ਹੋਊਗਾ ਇਹ ਮੰਗਾਂ ਦਾ ਨਿਬੇੜਾ ਕਰੂਗਾ ਮਰਜ਼ੀ ਆ ਸਰਕਾਰ ਦੀ ਉਹ ਚੋਣ ਜ਼ਾਬਤੇ 'ਚ ਲੈ ਜਾਣ ਮਰਜ਼ੀ ਆ ਪਹਿਲਾਂ ਹੱਲ ਕਰ ਲੈਣ ਅਸੀਂ ਕਿਹੜੇ ਐਮ ਪੀ ਦੀ ਇਲੈਕਸ਼ਨ ਲੜਨੀ ਆ ਜਾਂ ਪੋਲਿੰਗ ਬੂਥਾਂ 'ਤੇ ਜਾ ਕੇ ਜੰਟੀ ਕਰਨੀ ਆ ਅਸੀਂ ਸੰਘਰਸ਼ ਕਰਨਾ ਹਰ ਹਾਲ ਦੇ ਵਿੱਚ ਸੰਘਰਸ਼ ਜਿਹੜਾ ਵਾ ਜਾਰੀ ਰਹੂਗਾ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਅਤੇ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਅੱਜ ਦੋ ਵੱਡੀਆਂ ਕਨਵੈਨਸ਼ਨਾਂ ਸ਼ੰਭੂ ਅਤੇ ਖਨੌਰੀ ਦੇ ਵਿੱਚ ਹੋਣ ਵਾਲੀਆਂ ਨੇ ਉਹਦੇ ਵਿੱਚ ਬੁੱਧੀਜੀਵੀ ਸੱਦ ਕੇ ਡਬਲਯੂ ਟੀ ਓ ਵਿਸ਼ਵ ਵਪਾਰ ਸੰਸਥਾ ਕਿਵੇਂ ਖੇਤੀ ਸੈਕਟਰ ਨੂੰ ਪ੍ਰਭਾਵਿਤ ਕਰੂਗੀ ਵੱਡੀ ਚਰਚਾ ਕਰਾਂਗੇ ਇਸ ਚਰਚਾ ਵਿੱਚ ਅੱਜ ਅਸੀਂ ਸੱਦਾ ਦਿੰਦੇ ਹਾਂ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਇਸ ਚਰਚਾ ਵਿੱਚ ਹਿੱਸਾ ਲੈ ਕੇ ਇਸ ਜਾਣਿਆ ਜਾਵੇ ਵੀ ਇਹ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਸਾਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਨਗੀਆਂ ਅਤੇ 26 ਨੂੰ ਸਵੇਰੇ ਸਾਰੇ ਦੇਸ਼ ਦੇ ਪੰਜਾਬ ਦੇ ਪਿੰਡਾਂ ਵਿੱਚ ਡਬਲਯੂ ਟੀ ਓ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਸਾੜਾਂਗੇ ਅਤੇ ਦੁਪਹਿਰ ਬਾਅਦ ਜਿਹੜੇ ਦਿਓ ਕੱਦ ਪੁਤਲੇ ਬਣਾਉਣੇ ਆ ਉਹਨਾਂ ਦਾ ਸ਼ੰਭੂ ਅਤੇ ਖਨੌਰੀ ਵਿੱਚ ਜਿਹੜਾ ਵਾ ਉਹਨਾਂ ਨੂੰ ਸਾੜਿਆ ਜਾਊਗਾ ਇਸ ਤਰ੍ਹਾਂ 27 ਨੂੰ ਮੀਟਿੰਗਾਂ ਹੋਣਗੀਆਂ 28 ਨੂੰ ਵੀ ਮੀਟਿੰਗਾਂ ਕਰਾਂਗੇ ਅਤੇ 29 ਨੂੰ ਅਗਲਾ ਐਲਾਨ ਕਰਾਂਗੇ ਅਸੀਂ ਪੰਜਾਬ ਹਰਿਆਣਾ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਗਿਆ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ 'ਤੇ ਖਨੌਰੀ ਬਾਰਡਰ 'ਤੇ ਹਾਜ਼ਰੀਆਂ ਲਗਾਓ ਕੋਈ ਵੀ ਅੰਦੋਲਨ ਮਤਾਵਾਂ ਭੈਣਾਂ ਤੋਂ ਬਗੈਰ ਜਿੱਤਿਆ ਨਹੀਂ ਜਾਂਦਾ ਹੁੰਦਾ ਤੋ ਮਤਾਵਾਂ ਭੈਣਾਂ ਨੂੰ ਬੇਨਤੀ ਆ ਵੀ ਇਹਨਾਂ ਦੋਵਾਂ ਬਾਰਡਰਾਂ 'ਤੇ ਕੱਲ੍ਹ ਵੀ ਬੀਬੀਆਂ ਵੱਡੇ ਪੱਧਰ 'ਤੇ ਪਹੁੰਚੀਆਂ
ਤੋਂ ਵੱਡੇ ਪੱਧਰ ਤੇ ਮਤਾਵਾਂ ਭੈਣਾਂ ਆਪਦੀ ਸੁਵਿਧਾ ਅਨੁਸਾਰ ਆ ਜਾ ਕਰ, ਨੇੜੇ ਵਾਲੀਆਂ ਵਾਪਸ ਹੋ ਜਾ ਕਰ, ਵੱਧ ਤੋਂ ਵੱਧ ਮਤਾਵਾਂ ਭੈਣਾਂ ਦੀ ਹਾਜ਼ਰੀ ਲੱਗਣੀ ਚਾਹੀਦੀ ਆ। ਜਿਸ ਤਰੀਕੇ ਨਾਲ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੇ ਇੱਥੇ ਲੰਗਰ ਚਲਾਏ ਨੇ, ਜਥੇਬੰਦੀਆਂ ਨੇ ਚਲਾਏ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਅਰੇ ਫੈਸਲਾ ਕਰਾਂਗੇ, ਇਹ ਮੋਰਚਾ ਮੰਗਾਂ ਮੰਨਣ ਤੋਂ ਬਗੈਰ ਭਾਵੇਂ ਕਿੰਨਾ ਵੀ ਸੰਘਰਸ਼ ਕਰਨਾ ਪਵੇ ਖਤਮ ਨਹੀਂ ਹੋਊਗਾ। ਇਹ ਮੰਗਾਂ ਦਾ ਨਿਬੇੜਾ ਕਰੂਗਾ। ਮਰਜ਼ੀ ਆ ਸਰਕਾਰ ਦੀ, ਉਹ ਚੋਣ ਜ਼ਾਬਤੇ 'ਚ ਲੈ ਜਾਣ, ਮਰਜ਼ੀ ਆ ਪਹਿਲੋਂ ਹੱਲ ਕਰ ਲੈਣ। ਅਸੀਂ ਕਿਹੜੇ MP ਦੀ ਇਲੈਕਸ਼ਨ ਲੜਨੀ ਆ ਜਾਂ ਪੋਲਿੰਗ ਬੂਥਾਂ ਤੇ ਜਾ ਕੇ ਜੰਟੀ ਕਰਨੀ ਆ, ਅਸੀਂ ਸੰਘਰਸ਼ ਕਰਨਾ, ਹਰ ਹਾਲ ਦੇ ਵਿੱਚ ਸੰਘਰਸ਼ ਜਿਹੜਾ ਵਾ ਜਾਰੀ ਰਹੂਗਾ।